ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਪੱਖਿਆਂ ਦਾ ਫੁਲਕਾਰੀ ਦਾ ਇੱਕ ਨਵਾਂ ਡਿਜ਼ਾਈਨ ਤਿਆਰ ਕਰਾਂਗੇ। ਐਂਡ ਤੱਕ ਸਾਡੀ ਵੀਡੀਓ ਜ਼ਰੂਰ ਦੇਖੋ, ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਹਰੇ ਰੰਗ ਦੇ ਵਿੱਚ ਤਾਣਾ ਪਾਇਆ ਹੈ ਅਤੇ ਪਿੰਕ ਰੰਗ ਦੇ ਵਿੱਚ ਆਪਾਂ ਇਹਦਾ ਪੇਟਾ ਪਾਵਾਂਗੇ। ਇਹ ਡਿਜ਼ਾਈਨ ਬਣਾਉਣ ਦੇ ਲਈ ਦੇਖੋ ਆਪਾਂ ਨੂੰ 16-16 ਧਾਗਿਆਂ ਦੀ ਜ਼ਰੂਰਤ ਪਊਗੀ। ਤੁਸੀਂ ਕਾਊਂਟ ਕਰ ਲਓ, ਜਿਹੜੇ 16 ਧਾਗੇ ਨੇ ਉਹਨਾਂ ਨੂੰ ਆਪਾਂ 8-8 ਦੇ ਵਿੱਚ ਡਿਵਾਈਡ ਕਰਾਂਗੇ, ਕਿਉਂਕਿ ਫੁਲਕਾਰੀ ਦੀ ਜਿਹੜੀ ਆਪਾਂ ਡੱਬੀ ਤਿਆਰ ਕਰ ਰਹੇ ਹਾਂ ਉਹ ਇੱਕ ਡੱਬੀ ਦੇ ਵਿੱਚ ਵੀ ਆਪਾਂ 4 ਡੱਬੀਆਂ ਤਿਆਰ ਕਰਾਂਗੇ। ਇਸ ਤਰੀਕੇ ਦੇ ਨਾਲ ਜਿਹੜਾ ਆਪਾਂ ਇਹਦਾ ਡਿਜ਼ਾਇਨ ਉਹਨੂੰ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਤੁਸੀਂ 16 ਧਾਗੇ ਕਾਊਂਟ ਕਰ ਲਓ। ਇਹਨਾਂ 16 ਧਾਗਿਆਂ ਨੂੰ ਤੁਸੀਂ 8-8 ਦੇ ਵਿੱਚ ਡਿਵਾਈਡ ਕਰਨਾ ਗਾ। ਇੱਧਰੋਂ ਤਾਂ ਤੁਸੀਂ ਇੱਕ ਧਾਗਾ ਚੱਕਾਂਗੇ, 7 ਧਾਗੇ ਆਪਾਂ ਦਬਾ ਦਾਂਗੇ, ਅਤੇ ਇੱਥੋਂ ਤੁਸੀਂ 7 ਧਾਗੇ ਚੱਕ ਕੇ ਇੱਕ ਧਾਗਾ ਦਬਾਉਣਾ ਗਾ। ਇਸ ਪੈਟਰਨ ਨੂੰ ਤੁਸੀਂ ਪੂਰੇ ਪਹਿਲੇ ਧਾਗੇ 'ਚ ਪਾਉਣਾ। ਇੱਕ ਧਾਗਾ ਚੱਕ ਕੇ 7 ਧਾਗੇ ਦਬਾਵਾਂਗੇ, ਫਿਰ 7 ਧਾਗੇ ਚੱਕ ਕੇ ਇੱਕ ਧਾਗਾ ਦਬਾਵਾਂਗੇ। ਪਹਿਲੇ ਧਾਗੇ ਦੇ ਵਿੱਚ ਦੇਖੋ ਆਪਾਂ ਕੀ ਕਰਿਆ ਸੀ ਕਿ ਇੱਕ ਧਾਗਾ ਚੱਕ ਕੇ ਆਪਾਂ 7 ਧਾਗੇ ਤਾਂ ਦਬਾਤੇ ਸੀ, ਫਿਰ 7 ਧਾਗੇ ਚੱਕ ਕੇ ਇੱਕ ਧਾਗਾ ਦਬਾਇਆ ਸੀ। ਇਸੇ ਤਰੀਕੇ ਦੇ ਨਾਲ ਆਪਾਂ ਇਹ ਸਾਰਾ ਧਾਗਾ ਪਾਇਆ। ਹੁਣ ਆਪਾਂ ਆਪਣੇ ਦੂਸਰੇ ਧਾਗੇ ਨੂੰ ਪਾਵਾਂਗੇ, ਪੱਖੇ ਨੂੰ ਆਪਾਂ ਰੋਟੇਟ ਕਰ ਲਾਂਗੇ। ਦੂਸਰੇ ਧਾਗੇ ਦੇ ਵਿੱਚ ਆਪਾਂ ਕੀ ਕਰਾਂਗੇ, ਦੇਖੋ ਆਪਾਂ ਪਹਿਲਾਂ ਇੱਕ ਧਾਗਾ ਚੱਕਿਆ ਸੀ, ਹੁਣ ਆਪਾਂ ਇੱਥੋਂ 2 ਧਾਗੇ ਚੱਕਾਂਗੇ ਅਤੇ ਇਹਦੇ ਆਪਾਂ 2 ਧਾਗਿਆਂ ਨੂੰ ਦੱਬ ਦਾਂਗੇ। ਇੱਥੋਂ ਇਸੇ ਤਰ੍ਹਾਂ ਹੀ ਲੰਘ ਜਾਂਗੇ। ਇੱਥੋਂ ਆਪਾਂ 2 ਧਾਗਿਆਂ ਨੂੰ ਚੱਕਾਂਗੇ, ਇੱਥੇ 2 ਧਾਗਿਆਂ ਨੂੰ ਦਬਾ ਦਾਂਗੇ ਅਤੇ ਇੱਥੋਂ ਇਸੇ ਤਰ੍ਹਾਂ ਹੀ ਲੰਘ ਜਾਂਗੇ। ਸੇਮ ਉਹੀ ਤਰੀਕਾ, 2 ਧਾਗੇ ਚੱਕਾਂਗੇ ਅਤੇ ਇਹਦੇ 2 ਧਾਗੇ ਆਪਾਂ ਦਬਾ ਦਾਂਗੇ ਅਤੇ ਇੱਥੋਂ ਇਸੇ ਤਰ੍ਹਾਂ ਹੀ ਲੰਘਾਂਗੇ। ਇਸ ਤਰੀਕੇ ਦੇ ਨਾਲ ਆਪਣਾ ਇਹ ਦੂਸਰਾ ਧਾਗਾ ਪਾਇਆ ਜਾਊਗਾ। ਹੁਣ ਆਪਾਂ ਤੀਸਰਾ ਧਾਗਾ ਪਾਵਾਂਗੇ। ਹੁਣ ਆਪਾਂ ਤੀਸਰੇ ਧਾਗੇ ਨੂੰ ਸ਼ੁਰੂ ਕਰਾਂਗੇ। ਤੀਸਰੇ ਧਾਗੇ ਦੇ ਵਿੱਚ ਦੇਖੋ ਆਪਾਂ ਕੀ ਕਰਾਂਗੇ, ਇੱਥੋਂ 3 ਧਾਗੇ ਚੱਕਾਂਗੇ, ਇੱਥੋਂ ਆਪਾਂ ਇਸੇ ਤਰ੍ਹਾਂ ਹੀ ਲੰਘ ਜਾਂਗੇ, ਇੱਥੇ ਆਪਾਂ 3 ਧਾਗੇ ਦਬਾਵਾਂਗੇ, 3 ਧਾਗੇ ਚੱਕਾਂਗੇ, ਇੱਥੋਂ ਇਸੇ ਤਰ੍ਹਾਂ ਹੀ ਲੰਘਾਂਗੇ ਅਤੇ ਇਸ ਤੋਂ ਬਾਅਦ 3 ਧਾਗੇ ਦਬਾਵਾਂਗੇ। ਇੱਕ ਵਾਰੀ 3 ਧਾਗੇ ਚੱਕਾਂਗੇ, ਇੱਥੋਂ ਇਸੇ ਤਰ੍ਹਾਂ ਹੀ ਲੰਘਾਂਗੇ ਅਤੇ 3 ਧਾਗੇ ਦਬਾਵਾਂਗੇ। ਇਹ ਪੂਰਾ ਧਾਗਾ ਇਸੇ ਤਰੀਕੇ ਨਾਲ ਹੀ ਪਾਇਆ ਗਿਆ। ਹੁਣ ਆਪਾਂ ਚੌਥੇ ਧਾਗੇ ਨੂੰ ਪਾਵਾਂਗੇ। ਦੇਖੋ ਚੌਥੇ ਧਾਗੇ ਦੇ ਵਿੱਚ ਆਪਾਂ ਕੀ ਕਰਾਂਗੇ, 4 ਧਾਗੇ ਇੱਥੋਂ ਆਪਾਂ ਚੱਕ ਲਏ, ਇਹਦੇ ਆਪਾਂ 4 ਧਾਗੇ ਨੇ ਜਿਹੜੇ ਉਹਨੂੰ ਦਬਾ ਦਾਂਗੇ, ਇੱਥੋਂ ਆਪਾਂ ਇਸੇ ਤਰ੍ਹਾਂ ਹੀ ਲੰਘਾਂਗੇ। ਇੱਥੋਂ 4 ਧਾਗੇ ਚੱਕਾਂਗੇ, 4 ਧਾਗੇ ਦਬਾਵਾਂਗੇ ਅਤੇ ਇੱਥੋਂ ਆਪਾਂ ਇਸੇ ਤਰ੍ਹਾਂ ਹੀ ਲੰਘ ਜਾਂਗੇ। ਆਪਣੇ 4 ਧਾਗੇ ਪੈ ਚੁੱਕੇ ਨੇ। ਇਸੇ ਤਰੀਕੇ ਦੇ ਨਾਲ ਆਪਾਂ ਇੱਕ ਵਾਰੀ ਤਾਂ ਦੇਖੋ 5 ਧਾਗੇ ਚੱਕਾਂਗੇ, ਇੱਧਰੋਂ ਆਪਾਂ 5 ਧਾਗਿਆਂ ਨੂੰ ਦਬਾ ਦਾਂਗੇ। ਜਿਹੜਾ ਇਹ ਵਾਲਾ ਪੁਆਇੰਟ ਆਪਾਂ ਰੱਖਿਆ ਗਾ ਸਾਰੇ ਕਿਤੇ,
ਇੱਥੇ ਆਪਾਂ ਇਸੇ ਤਰ੍ਹਾਂ ਹੀ ਨੰਗਾਂਗੇ, ਯਾਨੀ ਕਿ ਅੱਠ ਅੱਠ ਧਾਗਿਆਂ ਦੇ ਵਿੱਚ ਹੀ ਆਪਾਂ ਧਾਗਿਆਂ ਨੂੰ ਇੱਕ ਵਾਰੀ ਦਬਾਵਾਂਗੇ, ਇੱਕ ਵਾਰੀ ਚੱਕਾਂਗੇ। ਇਹੀ ਤਰੀਕੇ ਦੇ ਨਾਲ ਆਪਾਂ ਪੰਜਵਾਂ, ਛੇਵਾਂ ਅਤੇ ਸੱਤਵਾਂ ਧਾਗਾ ਇਸੇ ਤਰੀਕੇ ਨਾਲ ਪਾਵਾਂਗੇ। ਇੱਕ ਵਾਰੀ ਪੰਜਵਾਂ ਧਾਗਾ ਚੱਕਾਂਗੇ, ਇੱਧਰੋਂ ਪੰਜਵੇਂ ਧਾਗੇ ਨੂੰ ਦਬਾ ਦਾਂਗੇ, ਸੇਮ ਉਸੇ ਤਰ੍ਹਾਂ ਹੀ। ਫਿਰ ਛੇਵੇਂ ਧਾਗੇ ਨੂੰ ਦਬਾਵਾਂਗੇ, ਫਿਰ ਛੇਵੇਂ ਧਾਗੇ ਨੂੰ ਚੱਕਾਂਗੇ, ਫਿਰ ਸੱਤਵੇਂ ਨੂੰ ਵੀ। ਆਪਣੇ ਸੱਤ ਧਾਗੇ ਨੇ ਜਿਹੜੇ ਉਹ ਪੈ ਚੁੱਕੇ ਨੇ। ਹੁਣ ਅੱਠਵੇਂ ਧਾਗੇ ਵਿੱਚ ਦੇਖੋ ਆਪਾਂ ਕੀ ਕਰਾਂਗੇ ਕਿ ਅੱਠ ਧਾਗਿਆਂ ਨੂੰ ਚੱਕ ਲਾਂਗੇ ਅਤੇ ਅੱਠ ਧਾਗਿਆਂ ਨੂੰ ਆਪਾਂ ਦਬਾ ਦਾਂਗੇ, ਫਿਰ ਅੱਠ ਧਾਗਿਆਂ ਨੂੰ ਚੱਕਾਂਗੇ, ਫਿਰ ਅੱਠ ਧਾਗਿਆਂ ਨੂੰ ਦਬਾਵਾਂਗੇ। ਅੱਠਵੇਂ ਧਾਗੇ ਵਿੱਚ ਦੇਖੋ ਆਪਾਂ ਕੀ ਕਰਿਆ ਸੀ, ਅੱਠ ਧਾਗੇ ਦੱਬੇ ਗਏ ਅਤੇ ਅੱਠ ਧਾਗੇ ਚੱਕੇ ਗਏ। ਹੁਣ ਆਪਾਂ ਇਹ ਪੂਰਾ ਪੈਟਰਨ ਜਿਹੜਾ ਬਣਾਇਆ ਇੱਥੋਂ ਤੱਕ, ਉਹਦੇ ਓਪੋਜ਼ਿਟ ਕਰਾਂਗੇ, ਯਾਨੀ ਕਿ ਇੱਥੇ ਅੱਠ ਧਾਗਿਆਂ ਨੂੰ ਦਬਾਵਾਂਗੇ, ਇਹ ਅੱਠ ਨੂੰ ਆਪਾਂ ਚੱਕ ਲਾਂਗੇ, ਅੱਠ ਧਾਗੇ ਦਬਾਵਾਂਗੇ, ਫਿਰ ਅੱਠ ਧਾਗੇ ਚੱਕਾਂਗੇ। ਇਸ ਤਰ੍ਹਾਂ ਇਹ ਆਪਣਾ ਜਿਹੜਾ ਸਾਰਾ ਧਾਗਾ ਪੈ ਜਾਊਗਾ। ਦੇਖੋ ਇੱਥੇ ਤੱਕ ਜਿਹੜਾ ਆਪਣਾ ਡਿਜ਼ਾਇਨ ਆ ਉਹ ਹਾਫ ਤੱਕ ਪਹੁੰਚ ਚੁੱਕਿਆ। ਹੁਣ ਆਪਾਂ ਬਿਲਕੁਲ ਇਸ ਦੇ ਓਪੋਜ਼ਿਟ ਕਰਾਂਗੇ। ਪਹਿਲਾਂ ਆਪਾਂ ਨੇ ਇੱਥੇ ਅੱਠ ਧਾਗੇ ਦਬਾਏ ਗਏ, ਹੁਣ ਆਪਾਂ ਸੱਤ ਧਾਗੇ ਦਬਾਵਾਂਗੇ। ਇਸ ਦੇ ਨਾਲ ਹੀ ਆਪਾਂ ਇੱਧਰਲੀ ਸਾਈਡ ਤੋਂ ਧਾਗੇ ਨੂੰ ਦਬਾਉਣਾ ਸ਼ੁਰੂ ਕਰਾਂਗੇ। ਪਹਿਲਾਂ ਇੱਕ ਧਾਗਾ ਦਬਾਵਾਂਗੇ, ਫਿਰ ਦੋ। ਇਸ ਤਰੀਕੇ ਦੇ ਨਾਲ ਦੇਖੋ ਆਪਣਾ ਇਹ ਵਾਲਾ ਧਾਗਾ ਪਊਗਾ। ਹੁਣ ਨੈਕਸਟ ਆਪਾਂ ਕੀ ਕਰਾਂਗੇ, ਦੇਖੋ ਇੱਥੋਂ ਦਾ ਆਪਾਂ ਧਾਗੇ ਨੂੰ ਘਟਾਉਂਦੇ ਜਾਵਾਂਗੇ, ਇੱਧਰਲੀ ਸਾਈਡ ਆਪਾਂ ਧਾਗੇ ਨੂੰ ਵਧਾਉਂਦੇ ਜਾਵਾਂਗੇ। ਇੱਥੋਂ ਆਪਾਂ ਦੋ ਧਾਗਿਆਂ ਨੂੰ ਚੱਕਾਂਗੇ, ਇੱਥੋਂ ਦੋ ਧਾਗਿਆਂ ਨੂੰ ਦਬਾ ਦਾਂਗੇ, ਇੱਥੋਂ ਇਸੇ ਤਰ੍ਹਾਂ ਹੀ ਨੰਗਾਂਗੇ। ਦੋ ਧਾਗੇ ਚੱਕਾਂਗੇ ਅਤੇ ਦੋ ਧਾਗੇ ਦਬਾਵਾਂਗੇ, ਇੱਥੋਂ ਇਸੇ ਤਰ੍ਹਾਂ ਲੰਘ ਜਾਂਗੇ। ਇਸ ਤੋਂ ਬਾਅਦ ਦੇਖੋ ਆਪਾਂ ਕੀ ਕਰਾਂਗੇ ਕਿ ਇੱਥੋਂ ਆਪਾਂ ਇੱਕ ਧਾਗੇ ਨੂੰ ਕੱਟ ਕਰ ਦਾਂਗੇ, ਇੱਥੋਂ ਆਪਾਂ ਇਸੇ ਤਰ੍ਹਾਂ ਹੀ ਲੰਘ ਜਾਂਗੇ ਅਤੇ ਇੱਥੇ ਆਪਾਂ ਤਿੰਨ ਧਾਗੇ ਦਬਾ ਦਾਂਗੇ, ਤਿੰਨ ਚੱਕਾਂਗੇ ਅਤੇ ਤਿੰਨ ਦਬਾ ਦਾਂਗੇ, ਇੱਥੋਂ ਇਸੇ ਤਰ੍ਹਾਂ ਹੀ ਇੱਥੇ ਆਪਾਂ ਤਿੰਨ ਧਾਗਿਆਂ ਨੂੰ ਦਬਾਵਾਂਗੇ, ਇੱਥੋਂ ਤਿੰਨ ਧਾਗੇ ਚੱਕਾਂਗੇ, ਇੱਥੋਂ ਇਸੇ ਤਰ੍ਹਾਂ ਹੀ ਇੱਥੋਂ ਆਪਾਂ ਤਿੰਨ ਧਾਗਿਆਂ ਨੂੰ ਦਬਾ ਦਾਂਗੇ, ਇਸੇ ਤਰ੍ਹਾਂ ਹੀ ਆਪਣਾ ਇਹ ਜਿਹੜਾ ਸਾਰਾ ਧਾਗਾ ਪਾਇਆ ਜਾਊਗਾ। ਇਸ ਤੋਂ ਬਾਅਦ ਦੇਖੋ ਆਪਾਂ ਕੀ ਕਰਾਂਗੇ, ਇੱਥੋਂ ਆਪਾਂ ਇੱਕ ਧਾਗੇ ਨੂੰ ਘੱਟ ਕਰ ਦਾਂਗੇ, ਇੱਧਰਲੀ ਸਾਈਡ ਆਪਾਂ ਇੱਕ ਧਾਗੇ ਨੂੰ ਵਧਾ ਦਾਂਗੇ, ਯਾਨੀ ਕਿ ਆਪਣੇ ਤਿੰਨ ਧਾਗੇ ਦੇਖੋ ਪੈ ਚੁੱਕੇ ਨੇਗੇ। ਹੁਣ ਆਪਾਂ ਅਗਲਾ ਧਾਗਾ ਪਾਵਾਂਗੇ। ਆਪਣੇ ਚਾਰ ਧਾਗੇ ਪੈ ਚੁੱਕੇ ਆ, ਹੁਣ ਆਪਾਂ ਅਗਲੇ ਤਿੰਨ ਧਾਗੇ ਵੀ ਇਸੇ ਤਰ੍ਹਾਂ ਪਾਵਾਂਗੇ। ਇੱਧਰਲੀ ਸਾਈਡ ਤਾਂ ਆਪਾਂ ਧਾਗੇ ਨੂੰ ਘਟਾਉਂਦੇ ਜਾਵਾਂਗੇ ਅਤੇ ਇੱਧਰਲੀ ਸਾਈਡ ਆਪਾਂ ਧਾਗੇ ਨੂੰ ਵਧਾਉਂਦੇ ਜਾਵਾਂਗੇ। ਦੇਖੋ ਇੱਥੇ ਤੱਕ ਆਪਣਾ ਜਿਹੜਾ ਇਹ ਡਿਜ਼ਾਇਨ ਆ ਪੂਰਾ ਹੋ ਚੁੱਕਿਆ। ਇਹ ਇੱਕ ਡੱਬੀ ਬਣ ਜਾਂਦੀ ਹੈ ਅਤੇ ਇਹ ਚਾਰ, ਜਿਸ ਤਰ੍ਹਾਂ ਆਪਾਂ ਪੱਖੇ ਦੇ ਖੰਭ ਕਹਿਣੇ ਹੁੰਦੇ ਹੈਗੇ,
ਇਹ ਉਸ ਤਰ੍ਹਾਂ ਇਹ ਚਾਰ ਬਣਨਗੇ। ਚਾਹੇ ਤੁਸੀਂ ਇਸ ਤਰ੍ਹਾਂ ਇਹ ਡਾਇਮੰਡ ਇਹ ਵੀ ਚਾਰ ਹੀ ਬਣਨਗੇ। ਅਤੇ ਇਸ ਤੋਂ ਬਾਅਦ ਦੇਖੋ ਆਪਾਂ ਕੀ ਕਰਾਂਗੇ ਕਿ ਇਹ ਵਾਲੇ ਜਿਹੜੇ 8 ਧਾਗੇ ਨੇ ਇਹਨਾਂ ਨੂੰ ਆਪਾਂ ਦੱਬ ਦਾਂਗੇ ਅਤੇ ਇਹਨਾਂ ਨੂੰ ਆਪਾਂ ਚੱਕ ਲਾਂਗੇ। ਇਹਨਾਂ ਨੂੰ ਦੱਬਾਂਗੇ, ਇਹਨਾਂ ਨੂੰ ਚੱਕਾਂਗੇ। ਇਸ ਤੋਂ ਬਾਅਦ ਇਹ ਵਾਲਾ ਧਾਗਾ ਆਪਣਾ ਇਸੇ ਤਰ੍ਹਾਂ ਜਾਊਗਾ ਜਿਸ ਤਰ੍ਹਾਂ ਆਪਾਂ ਇੱਥੇ ਫਰੰਟ ਤੋਂ ਸ਼ੁਰੂ ਕਰਿਆ ਸੀਗਾ। ਇਹ ਦੁਬਾਰਾ ਇਸੇ ਤਰ੍ਹਾਂ ਹੀ ਸਟਾਰਟ ਹੋ ਜਾਊਗਾ। ਤੁਹਾਨੂੰ ਸਾਡਾ ਅੱਜ ਦਾ ਡਿਜ਼ਾਈਨ ਕਿਵੇਂ ਲੱਗਿਆ ਜ਼ਰੂਰ ਦੱਸਿਓ। ਐਂਡ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।